ਪਿਆਰ ਪੜੀ ਸਸ਼ੀਆ ਕਾਲ ਤੇ ਮੈਂ ਅੱਜ ਤੁਹਾਨੂੰ ਆਪਣੀ ਸੂਟ ਦਿਖਾਉਣੀ ਆ ਕਿ ਮੈਂ ਕਿਦਾਂ ਸਟਿਚ ਕਰਦੀ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਮੇਰੀ ਸੂਟ ਕਿਦਾਂ ਲੱਗਿਆ ਤੇ ਚਲੋ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਆਪਣੀ ਸੂਟ ਚਲੋ ਆਓ ਮੇਰਾ ਸੂਟ ਤੇ ਇਹਦੀ ਵੀ ਫਲੇਅਰ ਬਾਂ ਵਾ ਇੱਕ ਦੇਖੋ ਇਹ ਚੋਨਾ ਵਾਲੀ ਫਲੇਅਰ ਬਾਂ ਬਣਾਈ ਵਾ ਤੇ ਇਹਦੇ ਵੀ ਨੱਕ ਗਲਾ ਪਾਇਆ ਵਾ ਮੇਰੇ ਤੇ ਪਿੱਛੇ ਗੋਲ ਤੇ ਪਲੇਟਸ ਵੀ ਪਾਈਆਂ ਹੋਈਆਂ ਸਾਈਡ ਪਲੇਟ ਵੀ ਪਾਈਆਂ ਆ ਤੇ ਮੂਰੇ ਵਾਲੀਆਂ ਵੀ ਪਾਈਆਂ ਹੋਈਆਂ ਤੇ ਇਹਦੇ ਦੇਖੋ ਮੈਂ ਪਾਈਪਿੰਗ ਵੀ ਲਾਈ ਹੋਈ ਆ ਸਾਰੀ ਤੁਸੀਂ ਦੇਖ ਹੀ ਰਹੇ ਹੋ ਐਸੇ ਤਾਂ ਮੇਰੇ ਕੋਈ ਵੀ ਸੂਟ ਓਦਾਂ ਦਾ ਹੈ ਨਹੀਂ ਜਿੱਥੇ ਮੈਂ ਪਾਈਪਿੰਗ ਨਾ ਲਾਉਂਦੀ ਹਾਂ ਮੈਨੂੰ ਪਸੰਦ ਦੇ ਪਾਈਪਿੰਗ ਲਾ ਕੇ ਸੂਟ ਸਿਉਨੇ ਤੇ ਮੈਂ ਸਾਰਿਆਂ ਦੇ ਪਾਈਪਿੰਗ ਲਾ ਦੇ ਮਿੰਨੀਆ ਕੋਈ ਮੈਨੂੰ ਸਟਿਚ ਕਰਨ ਵਾਲਾ ਵੀ ਆ ਜੇ ਤਾਂ ਤੇ ਆ ਦੇਖੋ ਮੇਰੇ ਸੂਟ ਕੀ ਸਨਵਾਰ ਆਹ ਲੇਕਮੀ ਦੇ ਨਾਲ ਦੀ ਸਲਵਾਰ ਤੇ ਇਹ ਮੈਨੂੰ ਮਮੀ ਉਹਨਾਂ ਦਿੱਤਾ ਸੀ ਸੂਟ ਜਦੋਂ ਮੈਂ ਗਰਮੀਆਂ ਵਿੱਚ ਗਈ ਸੀ ਤੇ ਆਹ ਦੇਖੋ ਮੇਰਾ ਇੱਕ ਪਲਾਜ਼ੋ ਵਾਲਾ ਸੂਟ ਇਹਦੀ ਵੀ ਸੇਮ ਫਲੇਅਰ ਬਾਹਂ ਪਰ ਇਹਦੇ ਵਿੱਚ ਮੈਂ ਕੋਈ ਚੋਨਾ ਨਹੀਂ ਪਾਈਆ ਇਹ ਸਿੰਪਲ ਫਲੇਅਰ ਬਾਹਂ ਆਹ ਦੇਖੋ ਸਾਰੀ ਬੰਦ ਦਿਖਾ ਦੇਣੀ ਆ ਦੇਖੋ ਤੇ ਆ ਮੇਰਾ ਬੋਟ neck ਗਲਾਵਾ ਤੇ ਮੈਂ ਡਿਜ਼ਾਈਨ ਪਾ ਕੇ ਬਣਾਇਆ ਸੀ ਮੈਂ ਕੋਈ ਵੀ ਡਿਜ਼ਾਈਨ ਹੋਵੇ ਮੈਂ ਦੇਖ ਕੇ ਬਣਾ ਲੈਨੀ ਆ ਬਟ ਸਾਡੇ ਇੱਥੇ ਕੰਮ ਨਹੀਂ ਚੱਲਦਾ ਸਟੀਚਿੰਗ ਦਾ ਬਹੁਤ ਘਾਟੇ ਸਾਰੇ ਆਪਣੇ ਆਪਣੇ ਘਰੇ ਸਿਉ ਲੈਂਦੇ ਆ ਤੇ ਪਹਿਲਾਂ ਜਦੋਂ ਮੈਂ ਆਪਣੇ ਉੱਥੇ ਹੁੰਦੀ ਸੀ ਪੇਕਿਆਂ ਤੇ ਉੱਥੇ ਮੈਨੂੰ ਕੰਮ ਆਉਂਦਾ ਰਹਿੰਦਾ ਹੁੰਦਾ ਸੀ ਜਿਆਦਾ ਮੇਰਾ ਕੰਮ ਚੱਲਦਾ ਹੀ ਰਹਿੰਦਾ ਸੀ ਕਦੇ ਤਾਂ ਭਾਵੇਂ ਕੁਝ ਟਾਈਮ ਫ੍ਰੀ ਹੋਵਾਂ ਵਿੱਚੋਂ ਤੇ ਆ ਦੇਖੋ ਇਹਦੇ ਵੀ ਮੈਂ ਪਾਈਪਿੰਗ ਲਾਈ ਹੋਈ ਹੈ ਤੁਸੀਂ ਦੇਖ ਰਹੇ ਹੋ ਆ ਦੇਖੋ ਬਲੈਕ ਕਲਰ ਦੀ ਪਾਈਪਿੰਗ ਲੱਗੀ ਹੋਈ ਹੈ ਮੈਂ ਕੋਈ ਵੀ ਸੂਟ ਬਿਨਾ ਪਾਈਪਿੰਗ ਤੋਂ ਨਹੀਂ ਸਿਉਂਦੀ ਭਾਵੇਂ ਕੋਈ ਸਿਉਂ ਸਿਉਂਦਾ ਹੋਵੇ ਮੇਰੇ ਕੋਲ ਤੇ ਭਾਵੇਂ ਮੇਰੇ ਆਪਣੇ ਹੋਣ ਆ ਦੇਖੋ ਆ ਮੇਰਾ ਸੂਟ ਹੈ ਮੇਰੀ ਨਨੰਦੇ ਵਿਆਂ ਦਾ ਜਦ ਕਿ ਮੈਂ ਉਸ ਟਾਈਮ ਦਾ ਸੀ ਬਰਾਟਾ ਟਾਈਮ ਹੋਣ ਨੂੰ ਤੇ ਆ ਦੇਖਣ ਜੀ ਬਾ ਕਿੰਨੀ ਸੋਹਣੀ ਬਣੀ ਹੈ ਨਾ ਪੂਰੀ ਫੁੱਲ ਬਣੀ ਹੋਈ ਹੈ ਆ ਵੀ ਇੱਧਰ ਪਣੀ ਹੋਈ ਐ ਤੇ ਆ ਦੇਖੋ ਇਹਦਾ ਕਿੰਨਾ ਸੋਹਣਾ ਗਲਾ ਵੀ ਬਣਿਆ ਹੋਇਆ ਵਾ ਹੈਨਾ ਇਹਨਾਂ ਦੇ ਦੁਪट्टे ਕਿਸੇ ਵੀ ਇਹਨਾਂ ਤਿੰਨਾਂ ਸੋਟਾਂ ਵਿੱਚੋਂ ਕਿਸੇ ਦਾ ਵੀ ਮੈਂ ਦੁਪੱਟਾ ਨਹੀਂ ਵਿੱਚ ਲੈ ਕੇ ਆਈ ਕਿਉਂਕਿ ਇੰਨੀ ਥਾਂ ਵੀ ਆਏ ਨਹੀਂ ਸੀ ਤੇ ਇਸ ਵਾਸਤੇ ਮੈਂ ਨਹੀਂ ਲੈ ਕੇ ਆਈ ਤੇ ਆ ਦੇਖੋ ਮੇਰਾ ਪਲਾਜੋ ਇਹ ਰੈਡੀਮੈਡ ਸੂਟ ਵਾ ਇਹ ਮੈਨੂੰ ਮੇਰੇ ਹਸਬੰਦ ਨੇ ਲੈ ਕੇ ਦਿੱਤਾ ਸੀਗਾ ਆ ਦੇਖੋ ਦੇ ਵੀ ਫਲੇਅਰ ਬਾਈ ਥੋੜੇ ਜਿਹਾ ਟੱਪੇ ਹੋਏ ਆ ਪਰ ਇਹ ਮੈਂ ਪ੍ਰੈਸ ਕਰਨਾ ਪਹਿਲਾਂ ਮੈਂ ਪ੍ਰੈਸ ਕਰਨ ਲੱਗੀ ਸੀ ਫਿਰ ਮੈਂ ਕਿਹਾ ਚਲੋ ਕੋਈ ਨਾ ਆਪਾਂ ਕਿਹੜਾ ਪਾ ਕੇ ਦਿਖਾਉਨੇ ਆਪਾਂ ਇਦਾਂ ਹੀ ਦਿਖਾ ਦਿੰਨੇ ਆ ਤੇ ਇਹਦੇ ਦੇਖੋ نیچے ਵੀ ਇਦਾਂ ਤੇਰਾ ਬਣਿਆ ਹੋਇਆ ਵਾਹਨ ਤੇ ਆਹ ਛੁੱਟ ਸਰਦੀਆਂ ਵਾਲਾ ਵਾ ਇਹ ਵੀ ਮੈਂ ਖੁਦ ਸਟਿਚ ਕੀਤਾ ਵਾ ਇਹਦੇ ਡਿਜ਼ਾਈਨ ਬਣਾਇਆ ਪਹੁੰਚਿਆ ਤੇ ਦੇਖੋ ਥੋੜਾ ਜਿਹਾ ਇਹਦਾ ਲਾਈਟ ਰੀਲ ਦਾ ਧਾਗਾ ਸੀ ਤੇ ਉਹਦੇ ਕਰਕੇ ਥੋੜਾ ਘੱਟ ਦਿਸ ਰਿਹਾ ਵਾ ਆ ਦੇਖੋ ਇਹਦੇ ਵੀ ਪਾਈਪਿੰਗ ਲੱਗੀ ਹੋਈ ਆ ਸਾਈਡ ਤੇ ਤੁਸੀਂ ਦੇਖ ਹੀ ਰਹੇ ਹੋਵੋਗੇ ਤੇ ਆ ਦੇਖੋ ਇਹਦੇ ਆ ਪੱਟੀ ਇੱਥੇ ਲੱਗੀ ਹੋਈ ਆ ਜਿੱਦਾਂ ਦੀ ਸਲਵਾਰ ਆ ਹਨਾ ਤੇ ਇਹਦੀਆਂ ਮੈਂ ਲੰਮੀਆਂ ਬਾਜੂ ਰੱਖੀਆਂ ਸੀ ਤਾਂ ਕਿ ਜੇ ਕਰੇ ਹੋਈਏ ਤਾਂ ਜੇ ਕੋਟੀ ਦੀ ਨਾ ਲੋੜ ਪਵੇ ਤੇ ਵੀ ਇਕੱਲਾ ਸੂਟ ਇਦਾਂ ਪਾ ਸਕਦੇ ਆ ਤੇ ਆ ਇੱਕ ਫਲਾਵਰ ਬਣਿਆ ਵਾ ਸਾਈਡ ਤੇ ਇਦਾਂ ਵੀ ਮੈਂ ਵੀ ਨੈਕ ਗਲਾ ਪਾਇਆ ਵਾ ਮੈਨੂੰ ਜ਼ਿਆਦਾ ਪਾਨ ਪੱਤੇ ਵਾਲਾ ਹੀ ਗਲਾ ਪਸੰਦ ਆ ਮੈਂ ਗੋਲ ਕਾਦੀ ਪਾ ਲੈਂਦੀ ਆ ਜੇ ਮੈਨੂੰ ਸ਼ੌਂਕ ਜਦੋਂ ਆ ਜਾਵੇ ਤੇ ਵੈਸੇ ਮੇਰੇ ਸਾਰੇ ਸੂਟਾਂ ਦੇ ਆਹ ਹੀ ਗਲੇ ਆ ਦੇਖੋ ਉਹ ਸੂਟ ਦਾ ਵੀ ਦਿਖਾਇਆ ਸੀ ਮੈਂ ਤੁਹਾਨੂੰ ਹੋਰ ਆ ਸਾਹਮਣੇ ਤੇ ਇਹਦਾ ਬੋਟ neck ਆ ਇਹਦਾ ਵੀ ਗੋਲ ਆ ਤੇ ਇਹਦਾ ਵੀ ਗੋਲ ਆ ਤੇ ਇਹਦਾ V neck ਫੇਰ ਆ ਗਿਆ ਹੈਨਾ ਤੇ ਆਹ ਦੇਖੋ ਮੇਰਾ ਗ੍ਰੇ ਕਲਰ ਦੀ ਸਲਵਾਰ ਆਹ ਦੇਖੋ ਪੌਂਚੇ ਕਿੰਨੇ ਸਾਫਟ ਬਣਿਆ ਤੇ ਕਿੰਨੇ ਸੋਹਣੇ ਬਣਿਆ ਹੈ ਨਾ ਪਰ ਸਾਡੇ ਇੱਥੇ ਕੰਮ ਹੀ ਨਹੀਂ ਚੱਲਦਾ ਬਾਕੀ ਤਾਂ ਮੈਨੂੰ ਜਿੰਨਾ ਕਿ ਆਉਂਦਾ ਤੁਹਾਡੇ ਸਾਹਮਣੇ ਹੀ ਆ ਆਹ ਦੇਖੋ ਮੈਂ ਵੀ ਇੱਕ ਬਣਾਇਆ ਸੀ ਡਿਜ਼ਾਈਨ ਬਾਵਾ ਦਾ ਤੇ ਇਹ ਵੀ ਬੋਟ neck ਇਹ ਛੋਟਾ neck ਵਾਲਾ ਬੋਟ neck ਏ ਦੇcomer ਸੂਟ ਇਹਦੇ ਵੀ ਸਾਈਡਾਂ ਤੇ ਪਾਈਪਿੰਗ ਲੱਗੀ ਹੈ ਗ੍ਰੇ ਕਲਰ ਦੀ ਇਹ ਮੈਂ ਪਾਈਪਿੰਗ ਕਰਨ ਕਰਨੀ ਬਣਾਉਂਦੀ ਕਈ ਕਰ ਲੈ ਕੇ ਬਣਾ ਲੈਂਦੇ ਆ ਮੈਂ ਰੈਡੀਮੈਡ ਪਾਈਪਿੰਗ ਲੈ ਕੇ ਤੇ ਮੈਂ ਉਦਾਂ ਇਹਨੂੰ ਲਾ ਦਿੰਨੀ ਆ ਇਹ ਗਮ ਪਾਈਪਿੰਗ ਹੈ ਇੱਧਰ ਦੇਖੋ ਇਹ ਗਮ ਪਾਈਪਿੰਗ ਲੱਗੀ ਹੋਈ ਆ ਇਹਦੀ ਕੋਈ ਬਾਹਰ ਸੀਨ ਹੈ ਨਹੀਂ ਤੇ ਕੋਈ ਇਹ ਇੱਧਰੋਂ ਦਿਸਦਾ ਨਹੀਂ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਹਨ ਤੇ ਆਹ ਸੂਟ ਵੀ ਮੈਨੂੰ ਮੰਮੀ ਉਹ ਨਾ ਦਿੱਤਾ ਸੀ ਮੇਰੀ ਨੇ ਤੇ ਆ ਦੇਖੋ ਇਹ ਵੈਸੇ ਜਿਆਦਾ ਡਾਰਕ ਕਲਰ ਹੈ ਤੇ ਬਾਕ ਮੈਂ ਇੱਕ ਵਾਰ ਪਾਇਆ ਵਾ ਤੇ ਇਹਦੇ ਵੀ ਦੇਖੋ ਸਾਈਡ ਤੇ ਪਾਈਪਿੰਗ ਲੱਗੀ ਹੈ ਤੇ ਇਹ ਲਾਈਨਿੰਗ ਵਾਲਾ ਉਹ ਵਾਲਾ ਵੀ ਲਾਈਨਿੰਗ ਵਾਲਾ ਸੀ ਉਹ ਦੇਖੋ ਜਿਹੜਾ ਉਹ ਹੈਵੀ ਆ ਜਿਆਦਾ ਤੇ ਬਾਕੀ ਲਾਈਟ ਵੇਟ ਨੇ ਤੇ ਇੱਕ ਆ ਵਾ ਦੇਖੋ ਡਿਜ਼ਾਈਨ ਸਾਰਾ ਇਹਦਾ ਵੀ ਗੋਲ ਗਲਾਵਾ ਤੇ ਇਹਦੀਆਂ ਬਾਹਾਂਾਂ ਤੇ ਵੀ ਮੈਂ ਲਾਈ ਆ ਪਾਈਪਿੰਗ ਦੇਖੋ ਤੁਸੀਂ ਆਪ ਆ ਦੇਖੋ ਮੇਰੇ ਸਾਰੇ ਸੂਟਾਂ ਤੇ ਪਾਈਪਿੰਗ ਲੱਗੀ ਹੀ ਹੋਈ ਐ ਪਰਮਨੈਂਟਲੀ ਆ ਦੇਖੋ ਆ ਦੇਖੋ ਇਹਦੀ ਬਾਹਾਂ ਵੀ ਤੇ ਆ ਇਹਦੀ ਸਲਵਾਰ ਆ ਤੇ ਆਹ ਉਹਦੇ ਪੌਂਚੇ ਆ ਦੇਖੋ ਪੌਂਚੇ ਤੁਸੀਂ ਦੇਖ ਰਹੇ ਆਂ ਤੇ ਜੀ ਆਸੀ ਮੇਰੇ ਸੂਟ ਜੋ ਮੈਂ ਆਪ ਖੁਦ ਕਰੇ ਸਟਿਚ ਕਰਦੀ ਆ ਹੁਣ ਤਾਂ ਮੇਰੀ ਮਸ਼ੀਨ ਖਰਾਬ ਆ ਤੇ ਹੁਣ ਜਦੋਂ ਫਿਰ ਸਹੀ ਹੋ ਗਈ ਤੇ ਫਿਰ ਆਪਾਂ ਇੱਕ ਸੂਟ ਸਿਉਂਦੇ ਹੋਏ ਵੀਡੀਓ ਪਾਵਾਂਗੇ ਤੇ ਆਹ ਮੇਰੇ ਸੂਟ ਆ ਜੋ ਮੈਂ ਆਪ ਸਟਿਚ ਕੀਤੇ ਹੋਏ ਆ ਦੇਖੋ ਤੁਹਾਨੂੰ ਦੁਬਾਰਾ ਤੋਂ ਦਿਖਾ ਦਿੰਨੀ ਆ ਆ ਦੇਖੋ ਆ ਇੱਕ kia ਵਿੱਚ ਰੈਡੀ ਮੈਡ ਬਾਕੀ ਸਾਰੇ ਮੇਰੇ ਆਪਣੇ ਸਿੱਤੇ ਹੋਏ ਆ ਸੂਟ ਇਹ ਵੀ ਲਾਈਨਿੰਗ ਵਾਲਾ ਵਾ ਆ ਦੇਖੋ ਆ ਬੋਟ neck ਉਹ ਵਾਲਾ ਸੂਟ ਮੇਰਾ ਬਲੂ ਕਲਰ ਦਾ ਨੇਵੀ ਬਲੂ ਆ ਗ੍ਰੇ ਕਲਰ ਦਾ ਆ ਰੋਜ਼ ਪਿੰਕ ਆ ਰੈੱਡ ਕਲਰ ਦਾ ਤੇ ਇਹਦੇ ਵਿੱਚ ਗ੍ਰੇ ਤੇ ਇੱਧਰ ਵੀ ਗ੍ਰੇ ਹੈ ਆ ਥੋੜੇ ਥੋੜੇ ਕਲਰ ਸੇਮ ਇਹਦਾ ਥੋੜਾ ਜਿਹਾ ਕਲਰ ਫਿੱਕਾ ਬਰਾਊਨ ਦੇ ਵਿੱਚ ਆ ਜਾਂਦਾ ਵਾ ਤੇ ਆ ਬਰਾਊਨ ਡਾਰਕ ਵਿੱਚ ਆ ਗਿਆ ਤੇ ਆਮ ਜੰਟਾ ਕਲਰ ਸੂਟ ਮੇਰਾ ਦੇਖੋ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਕਮੈਂਟ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਸਾਡੇ ਜਿਹੜੇ ਚੈਨਲ ਤੇ ਨਿਊ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਸਬਸਕ੍ਰਾਈਬ ਕਰਨ ਨਾਲ ਬੈਲ ਵਾਲਾ ਬਟਨ ਦਬਾਉਣ ਨਾਲ ਤੁਹਾਨੂੰ ਹਰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇਗਾ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਪਲੀਜ਼ ਫੁੱਲ ਵਾਚ ਦਿਆ ਕਰੋ ਹੈ ਵਿੱਚ ਨਾ ਛੱਡਿਆ ਕਰੋ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਅੱਜ ਫਿਰ ਮੈਂ ਤੁਹਾਨੂੰ ਇਹੀ ਗੱਲ ਕਹਿਨੀ ਆ ਕਿ ਮੈਂ ਸਾਰਿਆਂ ਦੀ ਪੂਰੀ ਵੀਡੀਓ ਦੇਖ ਦੀਨੀਆ ਮੇਰੇ ਕੋਲ ਭਾਵੇਂ ਟਾਈਮ ਹੋਵੇ ਭਾਵੇਂ ਨਾ ਹੋਵੇ ਪਰ ਤੁਸੀਂ ਵੀ ਮੇਰੀ ਵੀਡੀਓ ਪੂਰੀ ਵੇਖਿਆ ਕਰੋ ਨਾ ਟਾਈਮ ਆਵੇ ਤਾਂ ਨਾ ਵੇਖਿਆ ਕਰੋ ਜੇ ਟਾਈਮ ਹੋਵੇ ਤਾਂ ਪਲੀਜ਼ ਪੂਰੀ ਦੇਖਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮੇਰੇ ਸੂਟ ਕਿੱਦਾਂ ਦੇ ਸੀ ਤੇ ਸਾਡੇ ਇੱਥੇ ਕੰਮ ਨਹੀਂ ਚੱਲਦਾ ਵਾ ਮੈਨੂੰ ਸ਼ੋਰਟ ਵੀ ਸੋਣੇ ਆਂਦੇ ਆ ਵਿੱਚ ਮੈਂ ਥੋੜਾ ਜਿਹਾ ਪਾਰਲਰ ਦਾ ਵੀ ਕਰ ਲੈਨੀ ਆ ਪਰ ਇੱਥੇ ਸਾਡੇ ਕੋਈ ਨਹੀਂ ਇਦਾਂ ਦੇ ਕੰਮ ਚੱਲਦੇ ਇੱਥੇ ਸਾਰੇ ਆਪਣੇ ਸ਼ਹਿਰ ਜਾਂਦੇ ਆ ਉੱਥੋਂ ਕਰਵਾਉਣਾ ਤੇ ਚਲੋ ਹੁਣ ਆਪਾਂ ਇੱਥੇ ਵੀਡੀਓ ਬੰਦ ਕਰਨੇ ਆ ਤੁਹਾਡੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਸਪੋਰਟ ਕਰਿਆ ਕਰੋ ਸਾਰਿਆਂ ਨੂੰ ਮੈਂ ਵੀ ਤੁਹਾਨੂੰ ਕਰਾਂਗੀ ਤੁਸੀਂ ਵੀ ਸਾਨੂੰ ਕਰਿਆ ਕਰੋ ਤੇ ਥੈਂਕ ਯੂ ਬਾਏ ਬਾਏ